हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਬਿਜਾਈ ਕਿਸਾਨ ਵੀਰੋ ਚੱਲ ਪਈ ਹੈ ਨਾਲ ਨਾਲ ਝੋਨੇ ਦੀ ਬਾਢੀ ਹੋ ਰਹੀ ਹੈ ਅਜੇ 10-15 ਦਿਨ ਘੱਟੋ-ਘੱਟ ਹੋਰ ਸੀਜ਼ਨ ਜਿਹੜਾ ਹੈਗਾ 20 ਦਿਨ ਤੱਕ ਵੀ ਜਾ ਸਕਦਾ ਝੋਨੇ ਦੀ ਬਾਢੀ ਦਾ ਕਿਉਂਕਿ ਕਈ ਝੋਨੇ ਜਿਹੜੇ ਹੈਗੇ ਲੇਟ ਹੈ ਕਣਕ ਦੀ ਬਿਜਾਈ ਦੇ ਸਮੇਂ ਤੇ ਆਪਾਂ ਜਿਹੜਾ ਕਈ ਥਾਵਾਂ 'ਤੇ ਆਪਣੇ ਤੋਂ ਗੁੱਲੀ ਡੰਡਾ ਬਾਹਰ ਚੋਂ ਕੰਟਰੋਲ ਕਰਨਾ ਮੁਸ਼ਕਲ ਹੈ ਜਾਂ ਜਿੱਥੇ ਗੁੱਲੀ ਡੰਡੇ ਦਾ ਖੇਤਾਂ ਦੇ ਵਿੱਚ ਕਾਫੀ ਜ਼ਿਆਦਾ ਬੀਜ ਹੈ ਜਿੱਥੇ ਗੁੱਲੀ ਡੰਡਾ ਬਹੁਤ ਮਾਤਰਾ ਜਾਂ ਹੁੰਦਾ ਤਾਂ ਬਜਾਈ ਸਮੇਂ ਉਹਨੂੰ ਕੰਟਰੋਲ ਕਰਨ ਦਾ ਸਹੀ ਤਰੀਕਾ ਘੱਟ ਖਰਚੇ ਦੇ ਵਿੱਚ ਆਪਾਂ 90-95% ਤੱਕ ਗੁੱਲੀ ਡੰਡਾ ਕਾਬੂ ਕਰ ਸਕਦੇ ਹਾਂ ਵੀਡੀਓ ਦੇ ਵਿੱਚ ਜਿਹੜੀ ਸਪਰੇਅ ਕਰਨ ਦਾ ਤਰੀਕਾ ਉਹ ਵੀ ਕਿਰਪਾ ਕਰਕੇ ਬਹੁਤ ਧਿਆਨ ਨਾਲ ਦੇਖਿਆ ਜਾਏ ਤੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਖਾਸ ਗੱਲ ਕੀ ਨੋਟ ਕੀਤੀ ਹੈ ਦੂਸਰੀ ਗੱਲ ਮੇਨ ਆਪਣਾ ਇਹ ਵੀ ਹੁੰਦਾ ਕਿ ਆਪਾਂ ਸਹੀ ਤਰੀਕੇ ਨਾਲ ਨਦੀਨਾਂ ਦਾ ਖਾਤਮਾ ਕਰਨਾ ਖਰਚ ਵੀ ਨਹੀਂ ਵੱਧ ਹੋਣ ਦੇਣਾ ਉਹਦੇ ਵਿੱਚ ਕੀ ਹੈ ਕਿ ਕਈ ਕਿਸਾਨ ਵੀਰ ਹੈ ਕਿ ਡਬਲ ਖਰਚਾ ਕਰ ਲੈਂਦੇ ਆ ਬਜਾਈ ਸਮੇਂ ਜਿਹੜੀ ਨਦੀਨ ਨਾਸ਼ਕ ਸਪਰੇਅ ਕਰਦੇ ਉਹ ਚ ਡਬਲ ਖਰਚਾ ਕਰ ਲੈਂਦੇ ਆ ਉਹ ਕਿਵੇਂ ਕਰਦੇ ਉਹ ਤੋਂ ਬਚਣਾ ਕਿਵੇਂ ਉਹਦੇ ਬਾਰੇ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਪਟਨ ਦਾ ਬਲੋਗ ਫੇਸਬੁੱਕ ਪੇਜ ਤੇ ਦਾ ਪੇਜ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਡੇ ਤਾਈ ਪਹੁੰਚਦੇ ਹੋਵੇ ਤੁਸੀਂ ਆਪਦੇ ਸੁਝਾਅ ਕਮੈਂਟ ਕਰਕੇ ਜਰੂਰ ਦੱਸੋ ਜੀ ਸੋ ਨਦੀਨਨਾਸ਼ਕ ਜਿਹੜੇ ਸਪਰੇਅ ਕਰਨੇ ਕਣਕ ਦੀ ਬਜਾਈ ਉਪਰੰਤ 2 ਦਿਨ ਦੇ ਅੰਦਰ ਅੰਦਰ ਆਪਾਂ ਨਦੀਨਨਾਸ਼ਕ ਕਿਸਾਨ ਵੀਰ ਨੂੰ ਸਪਰੇਅ ਕਰਨੇ ਤੁਹਾਨੂੰ ਮੈਂ ਦੱਸੂਗਾ ਜਿਹੜਾ ਮਰਜੀ ਨਦੀਨਨਾਸ਼ਕ ਕਰੋ ਇਹਨਾਂ ਦੇ ਵਿੱਚੋਂ ਸਪਰੇਅ ਤੇ ਐਂਡ ਦੇ ਵਿੱਚ ਤੁਹਾਨੂੰ ਦੱਸੂਗਾ ਕਿ ਬੈਸਟ ਮਤਲਬ ਸਸਤਾ ਸਭ ਤੋਂ ਕਿਹੜਾ ਪੈਂਦਾ ਸਟੌਂਪ ਦੋਸਤ ਮਾਰਕਪੈਂਡੀ ਪੈਂਦਾ ਪੈਂਡਨ ਬੰਕਰ ਜਾਕੀ ਜਾਮਾ 30% ਟੀਸੀ ਪੈਂਡੀਮੈਥਲਨ ਇਹ ਆਡਰਡ ਬ੍ਰਾਂਡ ਨੇਮਾਂ ਤੇ ਆਉਂਦੀ ਐ ਬੰਕਰ ਦੇ ਨਾਂ ਤੇ ਵੀ ਆਉਂਦੀ ਐ ਜਾਕੀਆਮਾ ਦੇ ਨਾਂ ਤੇ ਆਉਂਦੀ ਐ ਪੈਂਡੀ ਮਾਰਕ ਪੈਂਡੀ ਸਟੌਂਪ ਦੋਸਤ ਆਡਰਡ ਨਾਮਾਂ ਤੇ ਐ ਇਹਦਾ ਟੈਕਨੀਕਲ ਐ ਪੈਂਡੀ ਮੈਥਲਨ 30% ਈਸੀ ਇਹ 1.5 ਲੀਟਰ ਪ੍ਰਤੀ ਏਕੜ ਦੇ ਵਿੱਚ ਆਪਾਂ ਸਪਰੇਅ ਕਰਨੀ ਹੁੰਦੀ ਐ ਜਿੱਥੇ ਤੁਹਾਡੇ ਨਦੀਨ ਦਾ ਨਦੀਨ ਦਾ ਬੀਜਾ ਜ਼ਿਆਦਾ ਐ ਤੁਸੀਂ ਠੇਕੇ ਤੇ ਪਹਿਲੀ ਵਾਰ ਜ਼ਮੀਨ ਲਈ ਐ ਪਿਛਲੀ ਵਾਰ ਗੁੱਲੀ ਡੰਡਾ ਜ਼ਿਆਦਾ ਸੀਗਾ ਜਾਂ ਬਹੁਤ ਭਾਰੀ ਜ਼ਮੀਨ 'ਚ ਜਿਆਦਾ ਵੀ ਨਦੀਨ ਹੁੰਦਾ ਤਾਂ ਫਿਰ ਤੁਸੀਂ 2 ਲੀਟਰ ਤੱਕ ਵੀ ਪੈਂਡੀਮੈਥਲਨ 30% ਈਸੀ 30% ਤਾਕਤ ਵਾਲੀ ਵਰਤਣੀ ਆਪਾਂ ਹੋਰ ਕੋਈ ਫਾਰਮੂਲੇਸ਼ਨ ਨਹੀਂ ਵਰਤਣੀ। ਜਾਂ ਇਹਦੀ ਥਾਂ ਤੇ ਅਵਕੀਰਾ 85 ਡਬਲਯੂ ਜੀ ਆਉਂਦੀ ਆ ਪਾਇਰੋਕਸਾ ਸਲਫੋਨ ਟੈਕਨੀਕਲ ਹੁੰਦਾ ਅਵਕੀਰਾ 60 ਗ੍ਰਾਮ। ਇਹ 60 ਗ੍ਰਾਮ ਕਰਨੀ ਆ। ਜਾਂ ਪਲੇਟਫਾਰਮ ਦਵਾਈ ਆ ਜਿਹੜੀ 385 ਐਸਸੀ ਪੈਂਡੀਮੈਥਲਨ ਤੇ ਮੈਟਰੀਬਿਊਜ਼ਨ ਹੁੰਦੀ ਆ ਇਹਦੇ ਵਿੱਚ। ਇਹ ਜਿੱਥੇ ਚੌੜੇ ਪੱਤੇ ਵਾਲੇ ਨਦੀਨ ਬਹੁਤ ਜ਼ਿਆਦਾ ਹੁੰਦੇ ਆ ਵੈਸੇ ਤਾਂ ਪੈਂਡੀਮੈਥਲਨ ਵਕੀਰਾ ਵਗੈਰਾ ਵੀ ਕੰਟਰੋਲ ਕਰਦੀਆਂ ਸਾਰੇ ਨਦੀਨ ਇਹ ਕੰਟਰੋਲ ਕਰਦੀਆਂ ਨੇ ਇੱਕ ਵਾਰ ਤੇ ਜਿੱਥੇ ਪਰ ਚੌੜੇ ਪੱਤੇ ਵਾਲੇ ਸਪੈਸ਼ਲੀ ਜ਼ਿਆਦੇ ਨਦੀਨ ਆ ਉੱਥੇ ਤੁਸੀਂ ਇਹ ਪਲੇਟਫਾਰਮ ਦਵਾਈ ਪੈਂਡੀਮੈਥਲਨ ਤੇ ਮੈਟਰੀਬਿਊਜ਼ਨ ਇਹ 1 ਲੀਟਰ ਵਰਤ ਸਕਦੇ ਆ ਜਾਂ ਦਕਸ਼ ਪਲੱਸ ਇਹ ਨਵਾਂ ਇਹ ਕਿ ਸਿਫਾਰਸ਼ ਆਈ ਹੈ ਪੀਏਯੂ ਲੁਧਿਆਣਾ ਦੀ ਦਕਸ਼ ਪਲੱਸ 48 ਈਸੀ ਇਹਦੇ ਵਿੱਚ ਵੀ ਪੈਂਡੀਮੈਥਲਨ ਤੇ ਮੈਟਰੀਬਿਊਜ਼ਨ ਇਹ 900 ਐਮਐਲ ਪੈਂਦੀ ਆ ਸਾਵਧਾਨੀ ਇਹ ਆ ਕਿ ਬਜਾਈ ਸਮੇ ਆਪਣੇ ਨਦੀਨ ਜਿਹੜੀ ਜ਼ਮੀਨ ਦੇ ਵਿੱਚ ਵਤਰ ਪੂਰਾ ਹੋ ਤੇ ਇਹ 2 ਦਿਨਾਂ ਦੇ ਅੰਦਰ ਅੰਦਰ ਸਪਰੇਅ ਕਰਨੀ 200 ਲੀਟਰ ਪਾਣੀ ਚ ਸਪਰੇਅ ਕਰਨੀ ਹੈ ਕੱਟ ਵਾਲੀ ਨੋਜ਼ਲ ਦੇ ਨਾਲ ਸਪਰੇਅ ਕਰਨੀ ਜੇ ਤੁਸੀਂ ਬੈਟਰੀ ਵਾਲਾ ਪੰਪ ਹੱਥ ਵਾਲਾ ਪੰਪ ਜਾਂ ਹੋਰ ਕੋਈ ਪੰਪ ਵਰਤ ਰਹੇ ਆ ਤੇ ਜਾਂ ਟਰੈਕਟਰ ਵਾਲਾ ਪੰਪ ਆ ਜਿਹੜਾ ਤੁਸੀਂ ਉਹਦੇ ਨਾਲ ਪਾਣੀ ਬਹੁਤ ਵਧੀਆ ਮਾਤਰਾ ਜਿਹਾ ਲੱਗਦਾ ਉਹ ਚ ਇਹ ਖਿਆਲ ਰੱਖਣਾ ਕਿ ਪਾੜੇ ਨਾ ਰਹਿਣ ਵੀਡੀਓ ਚ ਤੁਹਾਨੂੰ ਦਿਖਾਇਆ ਗਿਆ ਕਿ ਪਿੱਛੇ ਨੂੰ ਹਟਵੀਂ ਸਪਰੇਅ ਕੀਤੀ ਜਾਂਦੀ ਹੈ ਤੇ ਜਿੱਥੇ ਤੁਸੀਂ ਸਪਰੇਅ ਕਰੋਗੇ ਜ਼ਮੀਨ ਵੀ ਨਾਲ ਦੀ ਨਾਲ ਜਿੱਥੇ 200 ਲੀਟਰ ਪਾਣੀ ਲੱਗਦਾ ਏਕੜ ਦਾ ਗਿੱਲੀ ਹੁੰਦੀ ਜਾਂਦੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਸਪਰੇਅ ਹੋ ਗਈ ਇੱਥੇ ਰਹਿ ਸਪਰੇਅ ਦਾ ਰੰਗ ਵੀ ਜਦੋਂ ਤੁਸੀਂ ਪੈਂਡੀਮੈਥਲਿਨ ਵਰਤਦੇ 30% ਦੀ ਸੀ ਹਲਕੇ ਪੀਲੇ ਰੰਗ ਦਾ ਜਿਹੜਾ ਹੈਗਾ ਹੋ ਜਾਂਦਾ ਪਾਣੀ ਤੁਹਾਨੂੰ ਪਤਾ ਲੱਗਦਾ ਨੇ ਨਾ ਕਈ ਵਾਰ ਕੀ ਹੁੰਦਾ ਪੈਪ ਵਿਚਲਾ ਪਾਣੀ ਟਰੈਕਟਰ ਵਾਲਾ ਉਹ ਆਈ ਜਾਂਦਾ ਉਹ ਤੁਸੀਂ ਕਿਰਪਾ ਕਰਕੇ ਉਹ ਚੈੱਕ ਕਰਕੇ ਪਾਣੀ ਜਿਹੜਾ ਹੈਗਾ ਕੱਢ ਕੇ ਵਿੱਚੋਂ ਜਦੋਂ ਦਵਾਈ ਵਾਲਾ ਘੋਲ ਆਉਣ ਲੱਗ ਪੇ ਫਿਰ ਤੁਸੀਂ ਸਪਰੇਅ ਸ਼ੁਰੂ ਕਰਨੀ ਆ ਹੁਣ ਕਈ ਕਿਸਾਨ ਵੀਰ ਕੀ ਕਰਦੇ ਕਿ ਪੈਂਡੀਮੈਥਲਿਨ ਵੀ 2 ਲੀਟਰ ਪਾ ਲੈਂਦੇ ਆ ਤੇ ਨਾਲ ਵਕੀਰਾ ਕਰ ਲੈਂਦੇ ਆ ਡਬਲ ਖਰਚਾ ਹੋ ਗਿਆ ਆਪਣਾ ਜਾਂ ਤਾਂ ਪੈਂਡੀਮੈਥਲਿਨ ਵਰਤੋ ਜਿਵੇਂ ਵਕੀਰ ਵਾਲਾ ਟੈਕਨੀਕਲ ਪਰ ਆਕਸਲ ਸਲਫੋਨ 60 ਗ੍ਰਾਮ ਵਰਤੋ ਫਿਰ ਆਪਾਂ ਕਹਿੰਦੇ ਨੇ ਕਿ ਸਾਨੂੰ ਰਿਜ਼ਲਟ ਵਧੀਆ ਮਿਲਿਆ ਉਹਦੇ ਵਿੱਚ ਤੁਸੀਂ ਵਕੀਰਾ ਵੱਖਰੀ ਕੀਤੀ ਹੈ ਪੈਂਡੀਮੈਥਲਨ ਵੱਖਰੀ ਕੀਤੀ ਹੈ ਜੇ ਤੁਹਾਨੂੰ ਰਿਜ਼ਲਟ ਦੋਹਾਂ ਦੇ ਵਿੱਚੋਂ ਫਿਰ ਕੰਪੈਰੀਜ਼ਨ ਆਪਾਂ ਕਰ ਸਕਦੇ ਜੇ ਦੋਵੇਂ ਮਿਲਾ ਕੇ ਕਰਤੀਆਂ ਆਪ ਨੂੰ ਪਤਾ ਨਹੀਂ ਲੱਗਣਾ ਰਿਜ਼ਲਟ ਕਿਹਦਾ ਵਧੀਆ ਮਿਲਿਆ ਦੂਸਰੀ ਗੱਲ ਜਿਹੜਾ ਗੁੱਲੀ ਡੰਡਾ ਇੱਥੇ ਆਪਣੇ ਕਿਤੇ ডোজ ਘੱਟ ਰਹੀ ਗਈ ਜਾਂ ਕਿਤੇ ਪਾੜੇ ਰਹਿ ਗਏ ਵਿੱਚੋਂ ਹਰਾ ਹੋ ਗਿਆ ਜਾਂ ਆਪਾਂ ਇਹ ਡਬਲ ডোজ ਮਲਾਮਲਾ ਕੇ ਵੱਧ ਕਰੀ ਜਾਂਦੇ ਆ ਰਜਿਸਟੈਂਸ ਉਨੀ ਫਿਰ ਵੱਧ ਆਉਂਦੀ ਹੈ ਫਿਰ ਇਹ ਦੋ ਵਾਲੀ ਜਿਹੜੀ ਹੈਗੀ ਆ ਰਜਿਸਟੈਂਸ ਆਊਗੀ ਤਾਂ ਫਿਰ ਕੰਟਰੋਲ ਕਰਨਾ ਆਪਾਂ ਨੂੰ ਮੁਸ਼ਕਲ ਗੁੱਲੀ ਡੰਡਾ ਹੋਰ ਦਿਨ ਉਹਦੇ ਨਾਲ ਤਾਂ ਹੀ ਹੁੰਦਾ ਜਾਂਦਾ ਓਖਾ ਮਿਕਸ ਕਰਕੇ ਨਦੀਨ ਨਾਸ਼ਕ ਸਪਰੇਅ ਕਰਨ ਤੋਂ ਗਰੇਜ ਕਰਨਾ ਸਿਰਫ ਸਿੰਗਲ ਸਪਰੇਅ ਕਰਨੀ ਆ ਸਭ ਤੋਂ ਸਸਤੀ ਤੇ ਸਭ ਤੋਂ ਅਸਰਦਾਰ ਸਪਰੇਅ ਪੈਂਡੀਮੈਥਲਿਨ 30% EC 1.5 ਲੀਟਰ ਜੇ ਤੁਹਾਨੂੰ ਲੱਗਦਾ ਕਿ ਵੱਧ ਮਤਲਬ ਦੀਨ ਬਹੁਤ ਜ਼ਿਆਦਾ ਹੋ ਜਾਂ 2 ਲੀਟਰ ਤੱਕ ਵਰਤ ਸਕਦੇ ਆ 200 ਲੀਟਰ ਪਾਣੀ ਚ ਵਰਤਣਾ ਤੇ ਮਤਲਬ 90 ਤੋਂ 95% ਤੁਹਾਡੇ ਕੰਟਰੋਲ ਹੋਊਗਾ ਤੇ 100% ਰਿਜ਼ਲਟ ਆਪਾਂ ਨੂੰ ਮਿਲਣਾ ਹੀ ਮਿਲਣਾ ਜਿਹੜਾ ਹੈਗਾ ਮਤਲਬ 100 ਚੋਂ 90 ਬੀਜ ਆਪਾਂ ਕੰਟਰੋਲ ਕਰਾਂਗੇ ਕਈ ਕਿਸਾਨ ਵੀਰ ਕਹਿੰਦੇ ਕਿ ਸਾਡੇ ਕੰਟਰੋਲ ਨਹੀਂ ਹੋਇਆ ਉਹ ਤੁਸੀਂ ਫਿਰ ਸਪਰੇਅ ਕਰਨ ਦਾ ਢੰਗ ਤਰੀਕਾ ਆਪਦਾ ਦੇਖੋ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨੋ